ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਮੂਸੇ ਵਾਲਾ ਕਤਲ ਕਾਂਡ ਵਿੱਚ ਸੰਦੀਪ ਕੇਕੜਾ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਲਾਰੈਂਸ ਬਿਸ਼ਨੋਈ ਤੇ ਚੰਡੀਗੜ੍ਹ ਸਮੇਤ ਪੰਜ ਸੂਬਿਆਂ ਵਿੱਚ 36 ਮਾਮਲੇ ਦਰਜ ਲਾਰੈਂਸ ਬਿਸ਼ਨੋਈ ਅੱਜ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼ ਸਲਮਾਨ ਖਾਨ ਨੂੰ ਧਮਕੀ ਦੇਣ ਦੀ ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਦੱਸੀ ਵਜ੍ਹਾ ਬਿਸ਼ਨੋਈ ਅਤੇ ਬਰਾੜ ਦੇ ਦੋ ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ ਕਿਉਂ ਹੋ ਰਹੇ ਨੇ ਪੰਜਾਬ ਦੇ ਸਾਬਕਾ ਕਾਂਗਰਸੀ ਵਿਧਾਇਕ ਅਤੇ ਮੰਤਰੀ ਭਾਜਪਾ ਵਿੱਚ ਸ਼ਾਮਲ ਖੋਲਾਗੇ ਪੇਤ ਦੋਸਤੋ ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਨਾਂ ਦੇ ਉੱਤੇ ਵਿਸਤਾਰ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਇਹ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ ਸੁਣ ਲੈਣਾ ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਕੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਇਹਦੇ ਤੋਂ ਪਹਿਲਾਂ ਕਿ ਇਹ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ ਤੁਹਾਨੂੰ ਇੱਕ ਬੇਨਤੀ ਹੋਰ ਹੈ ਕਿ ਕੱਲ ਆਪਾਂ ਇੱਕ ਗੀਤ ਰਿਲੀਜ਼ ਕੀਤਾ ਹੈ ਆਤਮਾ ਸਿੰਘ ਅਤੇ ਅਮਨ ਰੋਜ਼ੀ ਦੀਆਂ ਆਵਾਜ਼ਾਂ ਦੇ ਵਿੱਚ ਲੋਕ ਤੱਤ ਹੈ ਖੱਬੀ ਖਾਨ ਜੇਕਰ ਨਹੀਂ ਵੇਖਿਆ ਕਿਰਪਾ ਕਰਕੇ ਵੇਖ ਲੈਣਾ ਅਸਲ ਦੇ ਵਿੱਚ ਜਿਸ ਤਰ੍ਹਾਂ ਦੇ ਗੀਤਾਂ ਦਾ ਮੂੰਹ ਮਹਾਂਦਰਾ ਹੋਣਾ ਚਾਹੀਦਾ ਹੈ ਅਸੀਂ ਲਕਚਰਤਾ ਨਹੀਂ ਚਾਹੁੰਦੇ ਅਸੀਂ ਹਥਿਆਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਅਸਲ ਦੇ ਵਿੱਚ ਸਚਾਈਆਂ ਕੀ ਨੇ ਜਿਦੇ ਵਿੱਚ ਕੁਝ ਸਿੱਖਣ ਨੂੰ ਮਿਲੇ ਤੇ ਨਾਲ ਸਾਡਾ ਮਨੋਰੰਜਨ ਵੀ ਹੋਵੇ ਮੈਂ ਉਮੀਦ ਕਰਦਾ ਹਾਂ ਕਿ ਉਸੇ ਤਰ੍ਹਾਂ ਦਾ ਗੀਤ ਲਿਖਿਆ ਗਿਆ ਹੈ ਅਤੇ ਉਸ ਤਰ੍ਹਾਂ ਸਾਫ਼ ਸੁਥਰਾ ਉਹ ਫਿਲਮਾਇਆ ਗਿਆ ਹੈ ਸੋ ਕਿਰਪਾ ਕਰਕੇ ਜਰੂਰ ਵੇਖ ਲਿਓ ਜੇ ਹਲੇ ਤੱਕ ਨਹੀਂ ਵੇਖਿਆ ਜੇ ਚੰਗਾ ਲੱਗਿਆ ਤਾਂ ਅੱਗੇ ਸ਼ੇਅਰ ਜਰੂਰ ਕਰ ਦੇਣਾ ਤੇ ਹੁਣ ਆਪਾਂ ਗੱਲਾਂ ਕਰਦੇ ਹਾਂ ਖਬਰਾਂ ਦੀਆਂ ਘਟਨਾਵਾਂ ਦੀਆਂ ਸਿੱਧੂ ਮੂਸੇਵਾਲਾ ਕਤਲ ਕਾਂਡ ਇਸ ਵਕਤ ਜਿਸ ਦਿਨ ਤੋਂ ਉਹ ਕਤਲ ਹੋਇਆ ਲਗਾਤਾਰ ਸੁਰਖੀਆਂ ਦੇ ਵਿੱਚ ਐ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋ ਗਈਆਂ ਨੇ ਅਤੇ ਬਹੁਤ ਸਾਰੇ ਖੁਲਾਸੇ ਹੋਣ ਦੀ ਆਉਣ ਵਾਲੇ ਕੁਝ ਦਿਨਾਂ 'ਚ ਸੰਭਾਵਨਾ ਬਣੀ ਹੋਈ ਐ ਇਸੇ ਕਤਲ ਕਾਂਡ ਦੇ ਵਿੱਚ ਸੰਦੀਪ ਉਰਫ ਕੇਕੜਾ ਇਹ ਉਹ ਬੰਦਾ ਹੈ ਜਿਹਨੇ ਕਹਿੰਦੇ ਰੇਕੀ ਕੀਤੀ ਐ ਜੀਨੇ ਜਾਣਕਾਰੀ ਦਿੱਤੀ ਸੀ ਕਿ ਘਰੋਂ ਤੁਰ ਪਿਆ ਗਨਮੈ ਨਾਲ ਨਹੀਂ ਤੇ ਨਾ ਹੀ ਉਹਦੇ ਕੋਲ ਕੋਈ ਬੁਲਟ ਪ੍ਰੂਫ ਗੱਡੀ ਹੈ। ਅਦਾਲਤ ਦੇ ਵਿੱਚ ਉਸਨੂੰ ਪੇਸ਼ ਕੀਤਾ ਗਿਆ ਸੀ। ਅਦਾਲਤ ਦੇ ਵੱਲੋਂ ਕੇਕੜਾ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ। ਪਬਲਿਕ ਪ੍ਰੋਸੀਕਿਊਟਰ ਪ੍ਰੀਤਿੰਦਰ ਸਿੰਘ ਚਾਹਲ ਅਤੇ ਐਡਵੋਕੇਟ ਅਮਰਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੱਤੀ ਹੈ ਕਿ ਸੰਦੀਪ ਕੇਕੜਾ ਨੂੰ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਮੁੜ ਪੇਸ਼ ਕੀਤਾ ਗਿਆ ਸੀ। ਇਹਦੇ ਬਾਅਦ ਮਾਨਸਾ ਅਦਾਲਤ ਦੇ ਵੱਲੋਂ ਕੇਕੜਾ ਨੂੰ 14 ਦਿਨਾਂ ਵਾਲੀ ਨਿਆਂਇਕ ਹਰਾਸਤ ਵਿੱਚ ਭੇਜਿਆ ਗਿਆ ਦੱਸਣਾ ਬਣਦਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਵਾਲੇ ਦਿਨ ਸੰਦੀਪ ਕੇਕੜਾ ਦੇ ਵੱਲੋਂ ਹੀ ਜਿਹੜੀ ਕੇਕੜਾ ਨੇ ਹੀ ਜਾਣਕਾਰੀ ਦਿੱਤੀ ਆ ਕਿਸੇ ਤੀਸਰੇ ਬੰਦੇ ਦੀ ਜਾਣਕਾਰੀ ਨਹੀਂ ਪੁੱਛ ਪੜਤਾਲ ਦੇ ਦੌਰਾਨ ਜੋ ਉਹਨੇ ਕਬੂਲਿਆ ਕਿ ਕਤਲ ਕਾਂਡ ਵਾਲੇ ਦਿਨ ਸਿੱਧੂ ਦੇ ਘਰੋਂ ਉਹ ਥਾਰ ਦੇ ਵਿੱਚ ਨਿਕਲ ਪਿਆ ਇਹ ਸੂ ਵੀ ਉਹ ਕਹਿੰਦਾ ਮੈਂ ਦਿੱਤੀ ਹੈ ਇਹ ਵੀ ਸੂ ਮੈਂ ਦਿੱਤੀ ਸੀ ਕਿ ਉਹਦੇ ਨਾਲ ਗਨਮੈਨ ਵੀ ਨਹੀਂ ਨੇ ਤੇ ਉਹਦੇ ਤੋਂ ਬਾਅਦ ਕੁਝ ਮਿੰਟਾਂ ਤੋਂ ਬਾਅਦ ਉਹ ਦੁਰਘਟਨਾ ਵਾਪਰ ਜਾਂਦੀ ਹੈ ਸਿੱਧੂ ਮੂਸੇਵਾਲਾ ਦੇ ਘਰੋਂ ਨਿਕਲਣ ਤੋਂ ਪਹਿਲਾਂ ਇਹ ਵੀ ਤੁਹਾਨੂੰ ਦੱਸਦੇ ਹਾਂ ਕਿ ਕੇਕੜਾ 40 ਤੋਂ ਲੈ ਕੇ 45 ਮਿੰਟ ਤੱਕ ਉਹਦੇ ਘਰ ਦੇ ਨੇੜੇ ਰਿਹਾ ਸੀ ਉਹਦੇ ਨਾਲ ਸੈਲਫੀ ਵੀ ਲੈਂਦਾ ਤੇ ਚਾਹ ਵੀ ਪੀਂਦਾ ਇਸ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਹੁਣ ਤੱਕ ਤਫਤੀਸ਼ ਕੀਤੀ ਗਈ ਹੈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਸਭ ਕੁਝ ਸਾਹਮਣੇ ਆ ਗਿਆ ਸੀ ਉਹਦੇ ਤੋਂ ਬਾਅਦ ਕੇਕੜਾ ਨੂੰ ਹਿਰਾਸਤ ਵਿੱਚ ਲੈ ਗਿਆ ਗਿਆ ਸੀ ਦੋ ਵਾਰ ਉਸ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ ਅਤੇ ਹੁਣ ਉਸ ਨੂੰ ਜੁਡੀਸ਼ੀਅਲ ਰਿਮਾਂਡ ਵਿੱਚ ਭੇਜ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਨਜ਼ਰਾਂ ਟਿਕੀਆਂ ਹੋਈਆਂ ਸੀ ਲਾਰੈਂਸ ਮਿਸ਼ਨੋਈ ਦੇ ਉੱਤੇ ਲਾਰੈਂਸ ਮਿਸ਼ਨੋਈ ਦਾ ਨਾਮ ਤਾਂ ਤੁਸੀਂ ਕਈ ਸਾਲਾਂ ਤੋਂ ਸੁਣਦੇ ਆ ਰਹੇ ਹੋ ਪਰ 29 ਤਰੀਕ ਤੋਂ ਬਾਅਦ ਲਗਾਤਾਰ ਫਿਰ ਤੋਂ ਸੁਰਖੀਆਂ ਚ ਹੈ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਹੋ ਬੰਦ ਸੀ ਤੇ ਜੇਲ੍ਹ ਦੇ ਅੰਦਰ ਬੈਠਾ ਬੈਠਾ ਹੀ ਆਪਣੇ ਵਿਰੋਧੀਆਂ ਨੂੰ ਕਿਵੇਂ ਮਰਵਾਈ ਜਾਂਦਾ ਸੀ ਇਹ ਬਹੁਤ ਵੱਡੇ ਸਵਾਲ ਨੇ ਪ੍ਰਸ਼ਾਸਨ ਤੇ ਵੀ ਨੇ ਸਮੇਂ ਦੀਆਂ ਸਰਕਾਰਾਂ ਤੇ ਵੀ ਨੇ ਅਰ ਜਿਨ੍ਹਾਂ ਦੇ ਵਕਤ ਤੋਂ ਵੱਡਾ ਹੋਇਆ ਭਾ ਵੱਡਾ ਗੈਂਗਸਟਰ ਬਣਿਆ ਉਹਨਾਂ ਤੇ ਸਭ ਤੋਂ ਵੱਡੇ ਸਵਾਲ ਨੇ ਪਰ ਆਪਣੇ ਵਿਰੋਧੀਆਂ ਨੂੰ ਕਿਵੇਂ ਮਰਵਾਉਂਦਾ ਸੀ ਉਹਦੇ ਗੈਂਗ ਦੇ ਵਿੱਚ ਕਿੰਨੇ ਕੁ ਗੁੰਡੇ ਹੋਣਗੇ ਕਿੰਨੇ ਕੁ ਉਹਦੇ ਆਖੇ ਲੱਗਦੇ ਹੋਣਗੇ ਕਿਵੇਂ ਉਹਨਾਂ ਤੱਕ ਸੁਨੇਹੇ ਪਹੁੰਚਾਉਂਦਾ ਹੋਣਾ ਇਹ ਬਹੁਤ ਵੱਡੇ ਸਵਾਲ ਨੇ ਤੇ ਜਿਨ੍ਹਾਂ ਦੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਕੁੰਡੀਆਂ ਖੁੱਲ ਜਾਣਗੀਆਂ ਪੁੱਛਗਿੱਛਤੀ ਮਨਜ਼ੂਰੀ ਮਿਲ ਗਈ ਹੈ ਦਰਸਲ ਦਿੱਲੀ ਦੀ ਇੱਕ ਅਦਾਲਤ ਨੇ ਲੌਰੈਂਸ ਨੂੰ ਪੰਜਾਬ ਪੁਲਿਸ ਤੇ ਹਵਾਲੇ ਕਰ ਦਿੱਤਾ ਹੈ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪੰਜਾਬ ਉਸ ਨੂੰ ਲਿਆਦਾ ਗਿਆ ਹੈ ਪੁਲਿਸ ਦੇ ਰਿਕਾਰਡ ਦੇ ਅਨੁਸਾਰ ਲੌਰੈਂਸ ਬਿਸ਼ਨੋਈ ਦੇ ਖਿਲਾਫ ਪੰਜਾਬ ਚ ਚੰਡੀਗੜ੍ਹ ਹਰਿਆਣਾ ਦਿੱਲੀ ਰਾਜਸਥਾਨ ਇਹਨਾਂ ਸੂਬਿਆਂ ਦੇ ਵਿੱਚ ਕੁੱਲ 36 ਮੁਕੱਦਮੇ ਦਰਜ ਦੱਸੇ ਜਾ ਰਹੇ ਹੈ ਤੇ ਸਾਰਿਆਂ ਤੋਂ ਵੱਧ ਮੁਕੱਦਮੇ ਪੰਜਾਬ ਤੇ ਨੇ ਤੇ ਇਹਨਾਂ ਦੀ ਗਿਣਤੀ 17 ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੈਂਡਿੰਗ ਨੇ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਲਾਰੈਂਸ ਦੇ ਖਿਲਾਫ ਦੋ ਕੇਸ ਦਰਜ ਨੇ ਇਹਨਾਂ ਵਿੱਚੋਂ ਇੱਕ ਮਾਮਲਾ ਜੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਪਲਵਾਨ ਦਾ ਗੁਰਲਾਲ ਪਲਵਾਨ ਦਾ ਫਰਵਰੀ 2021 ਦੇ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਕਤਲੇਆਮ ਤੋਂ ਕੁਝ ਸਮੇਂ ਬਾਅਦ ਹੀ ਜਿਹੜੇ ਉਹਦੇ ਸਾਥੀ ਨੇ ਗੋਲਡੀ ਬਰਾੜ ਅਤੇ ਦੂਸਰੇ ਇਹ ਖੁਦ ਲਾਰੈਂਸ ਬਿਸ਼ਨੋਈ ਇਹਨਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਵੀ ਇੰਜੀ ਸੋਸ਼ਲ ਮੀਡੀਆ ਤੇ ਕਬੂਲ ਲਈ ਸੀ ਜਿਸ ਤਰੀਕੇ ਨਾਲ ਹੁਣ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ ਇਹਦੇ ਤੋਂ ਬਾਅਦ ਜਾਂਚ ਵਿੱਚ ਇਹ ਵੀ ਸਾਫ਼ ਹੋਇਆ ਸੀ ਕਿ ਲੌਰੈਂਸ ਅਤੇ ਗੋਲਡੀ ਬਰਾੜ ਨੇ ਪਲਵਾਨ ਨੂੰ ਮਾਰਨ ਦੀ ਸਾਜ਼ਿਸ਼ ਘੜੀ ਸੀ ਇਹ ਤੋਂ ਬਾਅਦ ਉਸ ਨੂੰ ਕੇਸ ਵਿੱਚ ਨਾਮਜ਼ਦ ਕਰ ਲਿਆ ਗਿਆ ਸੀ ਫਰੀਦਕੋਟ ਪੁਲਿਸ ਨੇ ਲੌਰੈਂਸ ਜੋ ਉਸ ਸਮੇਂ ਰਾਜਸਥਾਨ ਦੀ ਅਜਮੇਰ ਜੇਲ੍ਹ ਵਿੱਚ ਬੰਦ ਸੀ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਤੱਕ ਕੀਤੀਆਂ ਸੀ ਪੁਲਸ ਨੇ ਉਸਤੇ ਦੋ ਵਾਰ ਪ੍ਰੋਡਕਸ਼ਨ ਵਾਰੰਟ ਜਾਰੀ ਵੀ ਕੀਤੇ ਸੀ ਪਰ ਸੁਰੱਖਿਆ ਕਾਰਨਾਂ ਦਾ ਹਵਾਲਾ ਕਹਿਣ ਕਰਕੇ ਉਸ ਨੂੰ ਫਰੀਦਕੋਟ ਲਿਆਂਦਾ ਨਹੀਂ ਸੀ ਜਾ ਸਕਿਆ ਅਸਲ ਦੇ ਵਿੱਚ ਅੱਕੇ ਚੱਲ ਕੇ ਮੈਂ ਇਹ ਵੀ ਤੁਹਾਨੂੰ ਦੱਸਾਂਗਾ ਕਿ ਹੁਣ ਕਿਉਂ ਆ ਗਿਆ ਹੈ ਉਹਦੇ ਪਿੱਛੇ ਕਾਰਨ ਕੀ ਨੇ ਤੇ ਰਿਕਾਰਡ ਦੇ ਵਿੱਚ ਜਿਹੜਾ ਪੁਲਸ ਕੋਲ ਹੈ ਲੌਰੈਂਸ ਬਿਸ਼ਨੋਈ ਦੇ ਖਿਲਾਫ ਫਰੀਦਕੋਟ ਮੁਕਸਰ ਸਾਹਿਬ ਫਾਜ਼ਲਕਾ ਮੁਹਾਲੀ ਅੰਮ੍ਰਿਤਸਰ ਤੇ ਕੀ ਹੋਰ ਜ਼ਿਲ੍ਹਿਆਂ ਦੇ ਵਿੱਚ 17 ਮੁਕੱਦਮੇ ਨੇ ਫਰੀਦਕੋਟ ਦੇ ਦੋਵੇਂ ਕੇਸਾਂ ਦੇ ਵਿੱਚ ਕੁਝ ਮਾਮਲਿਆਂ ਵਿੱਚ ਹਾਲੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ ਹੈ ਇਸ ਤੋਂ ਇਲਾਵਾ ਲਾਰੈਂਸ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ 7 ਨੇ ਹਰਿਆਣਾ 'ਚ 2 ਰਾਜਸਥਾਨ 'ਚ 6 ਅਤੇ ਦਿੱਲੀ ਦੇ ਵਿੱਚ 4 ਮੁਕਾਦਮੇ ਦਰਜ ਨੇ ਅਤੇ ਕੁੱਲ ਮਿਲਾ ਕੇ ਇਹਨਾਂ ਦੀ ਗਿਣਤੀ 17 ਬਣਦੀ ਹੈ ਤੇ ਅੱਜ ਨਸਰਾਂ ਟਿੱਕੀਆਂ ਰਹਿਣ ਕਿਆਂ ਮਾਨਸਾ ਦੀ ਅਦਾਲਤ ਦੇ ਉੱਤੇ ਮਾਨਸਾ ਦੇ ਉੱਤੇ ਅੱਜ ਮਾਨਸਾ ਦੇ ਵਿੱਚ ਬਹੁਤ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਆ ਅਸਲ ਦਾ ਕਾਰਨ ਇਹ ਹੈ ਕਿ ਕੱਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵੱਲੋਂ ਲਾਰੈਂਸ ਬਿਸ਼ਨੋਈ ਜਿਹੜਾ ਤਿਹਾਰ ਜੇਲ੍ਹ ਵਿੱਚ ਬੰਦ ਸੀ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸ ਰਿਹਾ ਤੇ ਉਹਦੇ ਤੋਂ ਬਾਅਦ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਨੇ ਰਿਮਾਂਡ ਵੀ ਲਿਆ ਹੋਇਆ ਸੀ ਪੰਜਾਬ ਪੁਲਿਸ ਚਾਹੁੰਦੀ ਸੀ ਕਿ ਉਹ ਉਹਨੂੰ ਪੰਜਾਬ ਲਿਆ ਕੇ ਉਹਦੇ ਤੋਂ ਪੁੱਛਗਿੱਛ ਕਰੇ ਇਸ ਵਾਸਤੇ ਪੰਜਾਬ ਪੁਲਿਸ ਨੇ ਦੋ ਅਰਜ਼ੀਆਂ ਦਾਇਰ ਕੀਤੀਆਂ ਹੋਈਆਂ ਸੀ ਇੱਕ ਸੀ ਉਹਨੂੰ ਗ੍ਰਿਫਤਾਰ ਕਰਨ ਲਈ ਦੂਸਰੀ ਸੀ ਉਹਦੇ 트랜ਜ਼ਿਟ ਰਿਮਾਂਡ ਦੇ ਵਾਸਤੇ ਤੇ ਇਸ ਮਸਲੇ ਦੇ ਵਾਸਤੇ ਮਾਨਯੋਗ ਅਦਾਲਤ ਦੇ ਵਿੱਚ ADGP ਲਾਅ ਐਂਡ ਆਰਡਰ ਦੀ ਅਗਵਾਈ ਦੇ ਵਿੱਚ ਉਚੇਚੇ ਤੌਰ ਤੇ ਪੰਜਾਬ ਤੋਂ ਇੱਕ ਟੀਮ ਗਈ ਅਤੇ ਉਸ ਟੀਮ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਖੁਦ ਪਹੁੰਚੇ ਦਿੱਲੀ ਦੀ ਅਦਾਲਤ ਦੇ ਵਿੱਚ ਜਿੱਥੇ ਦਿੱਲੀ ਪੁਲਿਸ ਵੱਲੋਂ ਰਿਮਾਂਡ ਦੀ ਸਮਾਪਤੀ ਤੋਂ ਬਾਅਦ ਲਾਰੈਂਸ ਵਿਸ਼ਨੋਈ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਲਾਰੈਂਸ ਨੂੰ ਦਿੱਲੀ ਪੁਲਿਸ ਦੇ ਵੱਲੋਂ ਪੇਸ਼ ਕੀਤੇ ਜਾਣ ਤੇ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਪੰਜਾਬ ਲਿਆਉਣ ਲਈ ਦੋ ਇਹ ਵੱਖ-ਵੱਖ ਅਰਜ਼ੀਆਂ ਲਾਈਆਂ ਸੀ। ਭਖਮੀ ਬਹਿਸ ਹੋਈ ਉੱਥੇ ਲਾਰੈਂਸ ਦੇ ਵਕੀਲਾਂ ਦੇ ਵੱਲੋਂ ਲਾਰੈਂਸ ਨੂੰ ਪੁਲਿਸ ਦੇ ਹਵਾਲੇ ਕੀਤੇ ਜਾਣ ਤੇ ਇਹ ਕਹਿ ਕੇ ਸਖਤ ਇਤਰਾਜ਼ ਪ੍ਰਗਟਾਇਆ ਗਿਆ, ਸਖਤ ਵਿਰੋਧ ਦਰਜ ਕੀਤਾ ਗਿਆ ਕਿ ਪੰਜਾਬ ਪੁਲਿਸ ਦੇ ਹਵਾਲੇ ਸਾਡੇ ਮੁਵਕਲ ਨੂੰ ਸਾਡੇ ਲਾਰੈਂਸ ਵਿਸ਼ਨੋਈ ਨੂੰ ਨਾ ਕੀਤਾ ਜਾਵੇ। ਤਰਕ ਦੇ ਰਹੇ ਸੀ ਕਿ ਜੇਕਰ ਪੰਜਾਬ ਪੁਲਿਸ ਤੇ ਹਵਾਲੇ ਕਰ ਦਿੱਤਾ ਤਾਂ ਇਹਦਾ ਪੁਲਿਸ ਮੁਕਾਬਲਾ ਇਹਦਾ ਫੇਕ ਇਨਕਾਉਂਟਰ ਕਰ ਦਿੱਤਾ ਜਾਏਗਾ ਇਹਦੇ باوجود ਵੀ ਅਦਾਲਤ ਨੇ ਲੋਰੈਂਸ ਨੂੰ ਪੰਜਾਬ ਪੁਲਿਸ ਤੇ ਹਵਾਲੇ ਕਰ ਦੇਣ ਦੇ ਹੁਕਮ ਚਾੜ੍ਹ ਦਿੱਤੇ ਸਦਾ ਕਾਰਨ ਸੀ ਕਿ ਪੰਜਾਬ ਪੁਲਿਸ ਬਹੁਤ ਤਿਆਰੀ ਦੇ ਨਾਲ ਗਈ ਸੀ ਏ ਡੀ ਜੀ ਪੀ ਗਈ ਸੀ ਖੁਦ ਐਡਵੋਕੇਟ ਜਨਰਲ ਗਈ ਸੀ ਮਾਰਸਾ ਪੁਲਿਸ ਤੋਂ ਅਰੈਸਟ ਵਾਰੰਟ ਲੈ ਕੇ ਗਈ ਸੀ ਉਹਦੇ ਖਿਲਾਫ ਸਬੂਤ ਜਿਹੜੇ ਇਸ ਕੇਸ ਦੇ ਨਾਲ ਜੁੜੇ ਹੋਏ ਸੀ ਉਹ ਲੈ ਕੇ ਗਏ ਸੀ ਜਿਸ ਦੇ ਵਿੱਚ ਉਹ ਰਾਣ ਜਿਹੜੀ ਪੋਸਟ ਪਾਈ ਸੀ ਉਹ ਲੈ ਕੇ ਗਏ ਸੀ ਸਿੱਧੂ ਮੂਸੇਵਾਲ ਦੇ ਪਿਤਾ ਦੇ ਬਿਆਨ ਲੈ ਕੇ ਗਏ ਸੀ ਕਹਿਣ ਦਾ ਭਾਵ ਉਹ ਗੁੰਜਾਇਸ ਕੋਈ ਛੱਡ ਕੇ ਨਹੀਂ ਸੀ ਗਏ ਫਿਰ ਇਹ ਵੀ ਸੀ ਕਿ ਟੁੱਚਰ ਢੇੜਨਗੇ ਕਿ ਰਸਤੇ 'ਚ ਮੁਕਾਬਲਾ ਬਣਾ ਦਿੱਤਾ ਜਾਊ ਉਹ ਕਹਿੰਦੇ ਗੱਡੀਆਂ ਬੁਲਟ ਪ੍ਰੂਫ ਲੈ ਕੇ ਆਏ ਆ ਉਹ ਕਹਿੰਦੇ ਫਿਰ ਰਸਤੇ 'ਚ ਫਿਰ ਵੀ ਕੁਝ ਹੋ ਸਕਦਾ ਕਹਿੰਦੇ ਗੱਡੀਆਂ 'ਚ ਕੈਮਰੇ ਵੀ ਲੱਗੇ ਹੋ ਨੇ ਬੁਲਟ ਪ੍ਰੂਫ ਗੱਡੀਆਂ ਤੇ ਗੱਡੀਆਂ 'ਚ ਵੀਡੀਓਗ੍ਰਾਫੀ ਦਾ ਪ੍ਰਬੰਧ ਹੈ ਫਿਰ ਸਾਡੇ ਨਾਲ ਆਲਾ ਪੁਲਿਸ ਅਧਿਕਾਰੀ ਨੇ ਕਟੋਕਟ ਪੰਜਾਬ ਪੁਲਿਸ ਮੁਲਾਜ਼ਮ ਨੇ ਤੇ ਕੁਝ ਪੁਲਿਸ ਅਫਸਰ ਨੇ ਅਦਾਲਤ ਦੇ ਵਿੱਚ ਦਸਤਾਵੇਜ਼ ਪੇਸ਼ ਕੀਤੇ ਗਏ ਗਰੰਟੀਆਂ ਮਿਲਣ ਤੋਂ ਬਾਅਦ 트ਾਂਜ਼ਿਟ ਰਿਮਾਂਡ ਵੀ ਆਖਰ ਫਿਰ ਪੰਜਾਬ ਪੁਲਿਸ ਲੈਣ ਚ ਕਾਮਯਾਬ ਹੋਈ ਉਹਦੇ ਤੋਂ ਬਾਅਦ ਪੰਜਾਬ ਪੁਲਿਸ ਨੇ ਸਖਤ ਪ੍ਰਬੰਧਾਂ ਦੇ ਹੇਠ ਪੰਜਾਬ ਨੂੰ ਲੈ ਕੇ ਉਸ ਨੂੰ ਰਵਾਨਾ ਕੀਤਾ ਲਈ ਸੀ ਅਦਾਲਤ ਦੇ ਵੱਲੋਂ ਜਿਹੜੀਆਂ ਗੱਲਾਂ ਪੁੱਛੀਆਂ ਗਈਆਂ ਤੇ ਉਹਨਾਂ ਦੇ ਪੁਖਤਾ ਜਵਾਬ ਪੰਜਾਬ ਪੁਲਿਸ ਕੋਲ ਸੀ। ਪਾ ਪੰਜਾਬ ਪੁਲਿਸ ਨੇ ਆਪਣਾ ਪੱਖ ਬੜੀ ਮਜ਼ਬੂਤੀ ਨਾਲ ਰੱਖਿਆ। ਬੁਲਟ ਪ੍ਰੂਫ ਗੱਡੀਆਂ ਵਾਲਾ ਵੀ ਰੱਖ ਦਿੱਤਾ। ਇਹ ਵੀ ਦੱਸ ਦਿੱਤਾ ਕਿ ਸਾਡੇ ਕੋਲੇ ਗੋਡੇ ਨਫ ਨਫਰੀ ਵੀ ਹੈਗੀ ਐ। ਰਸਤੇ ਦੇ ਵਿੱਚ ਇਹ ਵੀ ਪੁੱਛਿਆ ਕਿ ਕਿਤੇ ਰੁਕੋਗੇ? ਉਹ ਕਹਿੰਦੇ ਬਿਲਕੁਲ ਨਹੀਂ ਜੋ ਹੁਕਮ ਅਦਾਲਤ ਦੇਵੇਗੀ ਉਹੀ ਕੁਛ ਕੀਤਾ ਜਾਊ। ਅਦਾਲਤ ਨੇ ਆਖਿਆ ਕਿ ਰਸਤੇ 'ਚ ਰੁਕਣਾ ਕਿਤੇ ਨਹੀਂ ਬਰੀਕਾਂ ਕਿਤੇ ਨਹੀਂ ਮਾਰਨੀਆਂ। ਵੀਡੀਓਗ੍ਰਾਫੀ ਦਾ ਪ੍ਰਬੰਧ ਵੀ ਹੋਵੇ। ਲੌਰੈਂਸ ਦੇ ਵਕੀਲ ਨੇ ਫਿਰ ਆਖਿਆ ਕਿ ਆਹ ਦਾ ਕੰਮ ਹੁਣ ਕਿਤੇ ਅੱਡੀ ਅੜਦੀ ਨਜ਼ਰੀ ਨਹੀਂ ਆਉਂਦੀ ਗ੍ਰਿਫਤਾਰੀ ਤੋਂ ਬਾਅਦ ਉਹ ਕਹਿੰਦੇ ਚਲੋ ਜੇ ਹੁਣ ਤੁਸੀਂ ਇਹਨੂੰ ਪੰਜਾਬ ਪੁਲਿਸ ਤੇ ਹਵਾਲੇ ਕਰਦੇ ਵੀ ਹੋ ਤਾਂ ਇਹਨੂੰ ਇਹ ਕਹੋ ਕਿ ਇਹ ਪੰਜਾਬ ਨਾਲੇ ਕੇ ਜਾਣ ਇਹਨੂੰ ਦਿੱਲੀ ਚ ਹੀ ਕਿਤੇ ਰੱਖ ਕੇ ਦਿੱਲੀ ਦੇ ਵਿੱਚ ਹੀ ਪੰਜਾਬ ਪੁਲਿਸੇ ਤੋਂ ਪੁੱਛਗਿੱਛ ਕਰ ਲੈ ਇਹ ਵੀ ਨਾ ਗੱਲ ਬਣੀ ਫਿਰ ਲੌਰੈਂਸ ਤੇ ਵਕੀਲਾਂ ਨੇ ਆਖਿਆ ਕਿ ਜੇ ਇਹਨੂੰ ਲੈ ਕੇ ਹੀ ਜਾਣਾ ਤਾਂ ਇਹਦੇ ਹੱਥ ਕੜੀਆਂ ਵੀ ਲੱਗੀਆਂ ਹੋਣ ਤੇ ਇਹਦੇ ਬੇੜੀਆਂ ਵੀ ਪਾਈਆਂ ਹੋਣ ਤਾਂ ਕਿ ਪੁਲਿਸ ਕੋਈ ਇਸ ਤਰ੍ਹਾਂ ਦਾ ਬਹਾਨਾ ਨਾ ਬਣਾ ਸਕੇ ਕਿ ਰਸਤੇ 'ਚ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕਿ ਇਹਦਾ ਅਸੀਂ ਅਨਕਾਊਂਟਰ ਕਰਨਾ ਪੈ ਗਿਆ ਇਹਦਾ ਮੁਕਾਬਲਾ ਬਣਾਉਣਾ ਪੈ ਗਿਆ ਪੁਲਿਸ ਕਹਿੰਦੀ ਸਾਰਾ ਕੁਝ ਕਰਦਾਂਗੇ ਪਰ ਛੱਡ ਕੇ ਨਹੀਂ ਜਾਣਾਂ ਆਖਰਕਾਰ ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਹਵਾਲੇ ਕੀਤਾ ਤੇ ਉਹਨੂੰ ਪੰਜਾਬ ਲਿਆਂਦਾ ਗਿਆ ਦੱਸਣਾ ਬਣਦਾ ਕਿ ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਉਹਨਾਂ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਗਏ ਸੀ ਤੇ ਉਹਨਾਂ ਨੇ ਉੱਥੇ ਪਰਿਵਾਰ ਨੂੰ ਭਰੋਸਾ ਦਿੱਤਾ ਸੀ ਕਿ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਭੇਜ ਕੇ ਸਖਤ ਸਜ਼ਾਾਂਵਾਂ ਦਵਾਈਆਂ ਜਾਣਗੀਆਂ ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕੋਸ਼ਿਸ਼ਾਂ ਅਤੇ ਦਿਸ਼ਾ ਨਿਰਦੇਸ਼ਾਂ ਦੇ ਸਦਕਾ ਮੂਸੇਵਾਲ ਦੇ ਕਤਲ ਦਾ ਮੁੱਖ ਸਾਜ਼ਿਸ਼ਕਾਰਾ ਲਾਰੈਂਸ ਮੈਸ਼ਨ ਰੋਹੀ ਪੰਜਾਬ ਪੁਲਿਸ ਦੇ ਹੱਥ ਆ ਗਿਆ ਹੈ ਤੇ ਅੱਜ 15 ਜੂਨ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਲਾਰੈਂਸ ਨੂੰ ਪੇਸ਼ ਕੀਤਾ ਜਾਣਾ ਹੈ ਪੁੱਛਗਿਛ ਲਈ ਰਿਮਾਂਡ ਮੰਗਿਆ ਜਾਏਗਾ ਇਹ ਵੀ ਪਤਾ ਲੱਗਾ ਕਿ ਲਾਰੈਂਸ ਤੇ ਮਾਨਸਾ ਪਹੁੰਚਣ ਤੋਂ ਪਹਿਲਾਂ ਹੀ ਮਾਨਸਾ ਦੇ ਵਿੱਚ देर शाम ਪੰਜਾਬ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਚ ਹਲਚਲ ਨਜ਼ਰ ਆਈ ਗੱਡੀਆਂ ਤੇ ਹੂਟਰ ਵੱਜਦੇ ਸੁਣੇ देर रात ਵੇਖਿਆ ਗਿਆ ਕਿ ਸ਼ਹਿਰ ਤੇ ਜ਼ਿਆਦਾਤਰ ਸੜਕਾਂ ਤੇ ਪੁਲਿਸ ਮੁਲਾਜ਼ਮ ਜ਼ਿਆਦਾ ਦਿਖਾਈ ਨਹੀਂ ਦਿੱਤੇ ਜਦੋਂ ਕਿ ਸੁਰੱਖਿਆ ਪ੍ਰਬੰਧਾਂ ਦਾ ਦਾਵਾ ਸਾਰਾ ਦਿਨ ਹੁੰਦਾ ਰਿਹਾ ਰਾਤ ਸਮੇ ਲੋਕ ਆ ਵਾਂਗ ਸੜਕਾਂ ਦੇ ਉੱਤੇ ਜ਼ਰੂਰ ਵੇਖੇ ਗਏ ਪਰ ਹੁਣ ਜਿਹੜੇ ਸਵਾਲ ਕੀ ਨੇ ਪੰਜਾਬ ਪੁਲਿਸ ਜਾਣਨਾ ਕੀ ਚਾਹੁੰਦੀ ਹੈ ਦਰਅਸਲ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੀ ਹੈ ਕਿ ਮੂਸੇਵਾਲ ਦਾ ਕਤਲ ਹੋ ਗਿਆ ਕਤਲ ਪਿੰਡ ਦੇ ਨੇੜੇ ਹੋ ਗਿਆ ਕਤਲ ਤੋਂ ਕੁਝ ਸੰਵਾਦ ਫੇਸਬੁੱਕ ਦੇ ਉੱਤੇ ਪੋਸਟ ਪਾ ਦਿੱਤੀ ਜਾਂਦੀ ਹੈ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਇਸ ਕਤਲ ਕਾਰਨ ਦੀ ਜ਼ਿੰਮੇਵਾਰੀ ਲੈਂਦੀ ਹੈ ਨਾਲ ਲਿਖਦਿਆ ਕਿ ਅਸੀਂ ਆਪਣੇ ਭਰਾ ਹੁਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲਿਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਹੁਣ ਤੱਕ ਜਿੰਨੇ ਵੀ ਮੁਲਜ਼ਮ ਨੇ ਉਹਨਾਂ ਦੇ ਵਿੱਚ ਇੱਕ ਗੱਲ ਸਾਂਝੀ ਸੀ ਕਿ ਉਹ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਜੁੜੇ ਹੋਣ ਦਾ ਦਾਵਾ ਕਰਦੇ ਰਹੇ ਜਾਂ ਉਹਨਾਂ ਨੇ ਇਹ ਗੱਲ ਕਬੂਲੀ। ਤੇ ਇਹ ਵੀ ਗੱਲ ਇੱਕ ਕਾਮਨ ਹੈ ਕਿ ਇਸ ਕਤਲकांड ਦਾ ਜ਼ਿੰਮਾ ਲਾਰੈਂਸ ਬਿਸ਼ਨੋਈ ਨੇ ਖੁਦ ਲਿਆ ਸੀ। ਤੇ ਫਿਰ ਉਹਦੇ ਤੋਂ ਬਾਅਦ ਇੱਕ ਸੱਚਨ ਥਾਪਨ ਜਿਹੜਾ ਬਾਅਦ ਦੇ ਵਿੱਚ ਸਤਨਿਸ਼ ਬਿਸ਼ਨੋਈ ਵੀ ਆਪਣੇ ਆਪ ਨੂੰ ਦੱਸਦਾ ਹੈ ਉਸ ਵਿਅਕਤੀ ਨੇ ਇੱਕ ਟੀਵੀ ਚੈਨਲ ਤੇ ਗੱਲਬਾਤ ਕਰਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਦਾ ਭਾਂਜਾ ਹੈ ਅਤੇ ਉਹਨੇ ਇਹ ਵੀ ਗੱਲ ਆਖੀ ਸੀ ਕਿ ਉਹਨੇ ਗੋਲੀਆਂ ਸਿੱਧੂ ਮੂਸੇਵਾਲੇ ਨੂੰ ਆਪਣੇ ਹੱਥਾਂ ਨਾਲ ਮਾਰੀਆਂ ਨੇ ਹੁਣ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਤੋਂ ਇਹ ਜਾਣਨਾ ਚਾਹੂ ਕਿ ਮੂਸੇਵਾਲੇ ਦੇ ਕਤਲ ਦੇ ਵਿੱਚ ਕੌਣ ਕੌਣ ਸ਼ਾਮਲ ਸੀ ਦੱਸ ਜੇ ਸੱਚਮੁੱਚ ਤੂੰ ਜ਼ਿੰਮੇਵਾਰੀ ਲੈਣਾ ਹੈ ਤੇਰਾ ਇਸ ਕਤਲ ਕਾਂਡ ਵਿੱਚ ਸਾਜ਼ਿਸ਼ ਘੜੇ ਦੇ ਤੌਰ ਤੇ ਨਾ ਆਉਂਦਾ ਤੂੰ ਜ਼ਿੰਮੇਵਾਰੀ ਕਿਨੂੰ ਦਿੱਤੀ ਸੀ ਕਿਹੜੇ ਬੰਦੇ ਹਾਇਰ ਕੀਤੇ ਸੀ ਕਿਨੂੰ ਤੂੰ ਰੁਕਾ ਭੇਜਿਆ ਸੀ ਕਿਨੂੰ ਤੂੰ ਸੁਨੇਹਾ ਲਾਇਆ ਸੀ ਫਿਰ ਜੇ ਤੇਰਾ ਸੁਨੇਹਾ ਉਹਨਾਂ ਤੱਕ ਪਹੁੰਚ ਗਿਆ ਇਹ ਕੰਮ ਹੋ ਵੀ ਗਿਆ ਉਹ ਜਿਹੜੇ ਮਾਰੂ ਹਥਿਆਰਾਂ ਦੇ ਨਾਲ ਮੂਸੇ ਵਾਲੇ ਨੂੰ ਕਤਲ ਕੀਤਾ ਗਿਆ ਉਹ ਕਿੱਥੋਂ ਆਇਆ ਉਹ ਉਹਨਾਂ ਤੱਕ ਪਹੁੰਚਾਈ ਕਿਹਨੇ ਨਿਭਵ ਉਪਲਬਧ ਕਿਹਨੇ ਕਰਵਾਏ ਨਹੀਂ ਇਹਦੇ ਤੋਂ ਅਗਲਾ ਸਵਾਲ ਜਿਹੜਾ ਪੁੱਛਣਾ ਬਣਦਾ ਹੈ ਕਿ ਸਿੱਧੂ ਮੂਸੇਵਾਲੇ ਕੋਲ ਆਪਣੀ ਬੁਲਟ ਪ੍ਰੂਫ ਗੱਡੀ ਹੁੰਦੀ ਸੀ ਵਾਰਦਾਤ ਵਾਲੇ ਦਿਨ ਸਿੱਧੂ ਮੂਸੇਵਾਲਾ ਆਪਣੀ ਬੁਲਟ ਪ੍ਰੂਫ ਗੱਡੀ 'ਚ ਆਇਆ ਨਹੀਂ 21 ਸਤਮੂ ਵਿੱਚ ਕੇਕੜਾ ਨਹੀਂ ਜਾਣਕਾਰੀ ਦਿੱਤੀ ਆ ਜਾਂ ਕੋਈ ਰੇਕੇਕੜਾ ਮੇਕੜਾ ਕੋਈ ਹੋਰ ਵੀ ਐ ਇਹ ਵੀ ਜਾਣਕਾਰੀ ਅਗਲੀ ਜਿਹੜੀ ਸ਼ੱਕ ਦੀ ਸੂਈ ਆ ਉਹ ਇਹ ਵੀ ਐ ਕਿ ਕੀ ਸੱਚਮੁੱਚ ਆ ਕਹਿੰਦੀ ਆ ਕਿ ਬੁਲਟ ਪ੍ਰੂਫ ਗੱਡੀ ਦੇ ਟਾਇਰ 'ਚ ਹਵਾ ਨਹੀਂ ਸੀ ਪੈਂਚਰ ਹੋਈ ਹੋਈ ਸੀ ਕੀ ਸੱਚਮੁੱਚ ਪੈਂਚਰ ਹੋਈ ਐ ਜਾਂ ਪੈਂਚਰ ਕੀਤੀ ਗਈ ਐ ਭਾਵ ਕਿਤੇ ਬੈਠ ਕੇ ਉਹਦੀ ਹਵਾ ਕੱਢ ਤਾਂ ਨਹੀਂ ਸੀ ਦਿੱਤੀ ਕਿਸੇ ਨੇ ਕੀ ਇਹ ਤੁਹਾਡੇ ਤੱਕ ਜਾਣਕਾਰੀ ਕੇਕੜੇ ਛੇਕੜੇ ਨੇ ਦਿੱਤੀ ਜਾਂ ਕਿਸੇ ਨੇ ਹੋਰ ਦਿੱਤੀ ਕਿ ਮੂਸੇ ਵਾਲਾ ਘਰੋਂ ਤਾਂ ਤੁਰ ਪਿਆ ਪਰ ਉਹਦੇ ਨਾਲ ਗਨਮੈਨ ਕੋਈ ਨਹੀਂ ਇਹ ਸਾਰੀਆਂ ਗੱਲਾਂ ਦੇ ਇਹ ਸਾਰੇ ਸਵਾਲਾਂ ਦੇ ਜਵਾਬ ਪੰਜਾਬ ਪੁਲਿਸ ਲੌਰੈਂਸ ਬਿਸ਼ਨੋਈ ਤੋਂ ਲੈਣਾ ਚਾਹੂਗੀ ਪਰ ਪੰਜਾਬ ਪੁਲਿਸ ਤੇ ਅੱਕੇ ਹੁਣ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਠੀਕ ਹੈ ਟਰਾਂਸਫਰ ਰਿਮਾਂਡ ਤੇ ਲਿਆਂਦਾ ਅੱਜ ਮਾਨਸਾ ਦੀ ਅਦਾਲਤੋਂ ਦਾ ਰਿਮਾਂਡ ਵੀ ਦੇ ਦਊਗੀ ਪਰ ਕਿ ਲੌਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੇ ਅੱਗੇ ਮੂੰਹ ਖੋਲਦਾ ਹੈ ਕਿ ਰਾਜ ਉੱਗਣਦਾ ਇਸ ਚੀਜ਼ ਦੇ ਵਿੱਚ ਪੰਜਾਬ ਪੁਲਿਸ ਕਾਮਯਾਬ ਹੁੰਦੀ ਹੈ ਇਹ ਗੱਲ ਤਾਂ ਹੁਣ ਤੱਕ ਸਾਫ਼ ਹੈ ਕਿ ਇਸ ਕਤਲकांड ਦੇ ਵਿੱਚ ਕੌਨਸਪੀਰੇਟਰ ਭਾਵ ਸਾਜ਼ਿਸ਼ ਘਾੜੇ ਦੀ ਜਾਂ ਇਹਦਾ ਸਾਰ ਇਹਦਾ ਕਿੰਗਪਿੰਨ ਤਾਂ ਉਹ ਮੰਨਿਆ ਜਾ ਰਿਹਾ ਹੈ ਪਰ ਹੁਣ ਪੰਜਾਬ ਲਿਆਉਣਾ ਵੀ ਇੱਕ ਚਣੌਤੀ ਬਣੀ ਹੋਈ ਸੀ ਉਹ ਤਾਂ ਮਸਲਾ ਹੋ ਗਿਆ ਹੱਲ ਇਹਨੂੰ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਦੀ ਵੀ ਤੇ ਪੰਜਾਬ ਸਰਕਾਰ ਦੀ ਸਮਝਿਆ ਜਾ ਰਿਹਾ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਸੀ ਪਹਿਲਾਂ ਵੀ ਜਦੋਂ ਫਰੀਦਕੋਟ ਦੇ ਵਿੱਚ ਪਿਛਲੇ ਸਾਲ ਗੁਰਲਾਲ ਪਲਵਾਨ ਦਾ ਕਤਲ ਹੋਇਆ ਸੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਇਹਨੂੰ ਲਿਆ ਨਹੀਂ ਸੀ ਸਕੀ ਹਵਾਲਾ ਦੇ ਦਿੱਤਾ ਸੀ ਕਿ ਨਾ ਸੁਰੱਖਿਆ ਦੇ ਕਾਰਨ ਨੇ ਹੁਣ ਕਤਲकांड ਵੀ ਉਹਦੇ ਨਾਲੋਂ ਵੱਡਾ ਹੈ ਤੇ ਮਸਲਾ ਵੀ ਉਹਦੇ ਤੋਂ ਵੱਡਾ ਬਣਿਆ ਹੋਇਆ ਹੈ ਹਾਲਾਂਕਿ ਲਾਰੈਂਸ ਬਿਸ਼ਨੋਈ ਦੇ ਵਕੀਲ ਨੇ ਜਰੂਰ ਆਖਿਆ ਸੀ ਕਿ ਠੀਕ ਹੈ ਇਹ ਤਾਂ ਪੁੱਛ ਪੜਤਾਲ ਕਰਨੀ ਆ ਵੀਡੀਓ ਕਾਨਫਰੰਸ ਤੇ ਨਹੀਂ ਕਰ ਲੈਣ ਜਾਂ ਦਿੱਲੀ 'ਚ ਬਿਠਾਲ ਕੇ ਕਰ ਲੈਣ ਪਰ ਪੰਜਾਬ ਪੁਲਿਸ ਇੱਥੇ ਇਹ ਕੰਮ ਤਾਂ ਕਰੇ ਆਈ ਹੈ ਪਰ ਹੁਣ ਚੁਣੌਤੀ ਇਹ ਹੈ ਕਿ ਇਸ ਕਤਲकांड ਦੇ ਕੀ ਰਾਜ ਉਹ ਉੱਗਲ ਸਕਦਾ ਹੈ ਜੇਕਰ ਉਹ ਮੂੰਹ ਨਹੀਂ ਖੋਲਦਾ ਤਾਂ ਸਮਝੋ ਇਹ ਰਾਜ ਦੇ ਰਾਜ ਨਾ ਬੜ ਕੇ ਰਹਿ ਜਾਣ ਪੰਜਾਬ ਪੁਲਿਸ ਸਿੱਧੂ ਮੂਸੇਵਾਲੇ ਦੇ ਪਰਿਵਾਰ ਉਸਤੇ ਚਿਹਤਿਆਂ ਨੂੰ ਦੇਖੋ ਕਦ ਕੋਈ ਖਬਰ ਦਿੰਦੀ ਹੈ ਕਿ ਹਾਂ ਉਹਨੇ ਕੁਝ ਇੱਕ ਉਗਲਿਆ ਅਰ ਸਿੱਧੂ ਦੇ ਪਰਿਵਾਰ ਤੇ ਉਹਦੇ ਚਿਹਤਿਆਂ ਨੂੰ ਵੱਡੀ ਉਮੀਦ ਵੀ ਹੈ ਕਿ ਸਿੱਧੂ ਦੇ ਕਤਲकांड ਸੰਬੰਧੀ ਜਿਹੜੇ ਉਹਦੇ ਸੀਨੇ ਵਿੱਚ ਕੁਝ ਰਾਜ ਨੇ ਉਹ ਖੋਲ ਦੇਵੇਗਾ ਕਿਉਂਕਿ ਲਾਰੈਂਸ ਮਿਸ਼ਨੋਈ ਤੋਂ ਵੱਡਾ ਸਿੱਧੂ ਕਤਲकांड ਦੇ ਨਾਲ ਜੁੜਿਆ ਹਾਲੇ ਤੱਕ ਕੋਈ ਵੀ ਨਾਮ ਸਾਹਮਣੇ ਨਹੀਂ ਆਇਆ ਸਿੱਧੇ ਤੌਰ ਤੇ ਇਸ ਕਤਲकांड ਦੀ ਜ਼ਿੰਮੇਵਾਰੀ ਕਿਸ ਨੇ ਕਬੂਲੀ ਹੋਵੇ ਜਾਤਾਉ ਲਾਰੈਂਸ ਵਿਸ਼ਨੁਈ ਦਾ ਨਾਮ ਆ ਰਿਹਾ ਹੈ ਜਾਂ ਫਿਰ ਗੋਲਡੀ ਬਰਾੜ ਦਾ ਨਾਮ ਆ ਰਿਹਾ ਹੈ ਗੋਲਡੀ ਬਰਾੜ ਐਸ ਕੈਨੇਡਾ ਦੀ ਧਰਤੀ ਤੇ ਬੈਠਾ ਹੈ ਪਰ ਉਥੇ ਪੁਲਿਸ ਕੋਲ ਕੌਣ ਹੈ ਹੁਣ ਪੁਲਿਸ ਕਸਟਡੀ ਚ ਕੌਣ ਹੈ ਉਹ ਸਿਰਫ ਤੇ ਸਿਰਫ ਲਾਰੈਂਸ ਵਿਸ਼ਨੁਈ ਹੈ ਇਹਦੇ ਨਾਲ ਹੀ ਸੰਤੋਸ਼ যাদਬ ਅਤੇ ਉਹਦੇ ਸਾਥੀ ਨਵਰਾਜ ਸੂਰਿਆਵੰਸ਼ੀ ਨੂੰ ਵੀ ਬੀਤੇ ਦਿਨੀ ਮਹਾਰਾਸ਼ਟਰ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਮਹਾਰਾਸ਼ਟਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਦਰਅਸਲ ਗੁਜਰਾਤ ਦੇ ਵਿੱਚੋਂ ਹੁਣ ਪੁੱਛ ਪੜਤਾਲ ਕਰਨ ਦੇ ਵਾਸਤੇ ਖਬਰ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਦੀ ਤਿੰਨ ਮੈਂਬਰੀ ਟੀਮ ਪੁਣੇ ਪੁੱਜ ਚੁੱਕੀ ਹੈ। ਇਹਦੇ ਨਾਲ ਹੀ ਇਸ ਮਾਮਲੇ ਵਿੱਚ ਮੂਸੇਵਾਲੇ ਦੇ ਘਰ ਦੀ ਰੇਕੀ ਕਰਨ ਵਾਲੇ ਸੰਦੀਪ ਕੇਕੜਾ ਸਮੇਤ ਹੁਣ ਤੱਕ ਪੰਜਾਬ ਪੁਲਿਸ ਦੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਹਨਾਂ ਕੋਲੋਂ ਉਹਦੇ ਹਿਸਾਬ ਨਾਲ 9 ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਇਹਨਾਂ ਵਿੱਚੋਂ 6 ਵਿਅਕਤੀ ਨੂੰ ਜੇਲ੍ਹ ਭੇਜਿਆ ਜਾ ਚੁੱਕਿਆ ਹੈ। ਇਸ ਤਰ੍ਹਾਂ ਪ੍ਰੋਡਕਸ਼ਨ ਵਰੰਟ ਤੇ ਲਿਆਂਦੇ ਮੋਨੂ ਡਾਗਰ, ਪਵਨ ਨਸੀਬ ਖਾਨ ਦਾ ਭਲਕੇ ਰਿਮਾਂਡ ਖਤਮ ਹੋ ਜਾਣਾ ਹੈ। ਅਤੇ ਉਹਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਵੇਖਦੇ ਆ ਕਿ ਰਿਮਾਂਡ ਹੋਰ ਮਿਲਦਾ ਹੈ ਜਾਂ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਜਾਂਦਾ ਹੈ ਤੇ ਇਸ ਖਬਰ ਤੇ ਨਾਲ ਹੀ ਅਗਲੀ ਖਬਰ ਬੀਤੇ ਦਿਨੀ ਆ ਗਈ ਸੀ ਸਲਮਾਨ ਖਾਨ ਨੂੰ ਧਮਕੀ ਦੇਣ ਦੀ ਮਹਾਰਾਸ਼ਟਰ ਗ੍ਰਹਿ ਵਿਭਾਗ ਨੇ ਉਹਦੀ ਵੀ ਵਜ੍ਹਾ ਦੱਸ ਦਿੱਤੀ ਹੈ ਕਿਉਂਕਿ ਮੂਸੇਵਾਲ ਦਾ ਕਤਲ ਹੁੰਦਾ ਹੈ ਕਤਲ ਦੇ ਕੁਝ ਦਿਨਾਂ ਤੋਂ ਬਾਅਦ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਨੂੰ ਇੱਕ ਧਮਕੀ ਭਰੀ ਚਿੱਠੀ ਭੇਜੀ ਗਈ ਸੀ ਚਿੱਠੀ ਦੇ ਵਿੱਚ ਉਚੇਚੇ ਤੌਰ ਤੇ ਜ਼ਿਕਰ ਇਸ ਗੱਲ ਦਾ ਸੀ ਕਿ ਤੇਰਾ ਵੀ ਹਾਲ ਜਾਂ ਤੁਹਾਡਾ ਵੀ ਹਾਲ ਸਿੱਧੂ ਮੂਸੇਵਾਲੇ ਵਰਗਾ ਕਰ ਦਿੱਤਾ ਜਾਏਗਾ ਜਿਸ ਤੋਂ ਬਾਅਦ ਸਲਮਾਨ ਖਾਨ ਅਤੇ ਉਹਨਾਂ ਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ ਅਤੇ ਪੁਲਿਸ ਉਸ ਮਸਲੇ ਦੀ ਉਸ ਮਾਮਲੇ ਦੀ ਜਾਂਚ ਕਰ ਰਹੀ ਸੀ ਮਹਾਰਾਸ਼ਟਰ ਗ੍ਰਹਿ ਵਿਭਾਗ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਸ ਜਾਣਕਾਰੀ ਦੇ ਅਨੁਸਾਰ ਵਿਸ਼ਨੋਈ ਗੈਂਗ ਨੇ ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਸਿਰਫ ਇਸ ਕਰਕੇ ਦਿੱਤੀ ਸੀ ਤਾਕੇ ਪਤਾ ਲੱਗ ਜੇ ਕਿ ਸਿੱਧੂ ਮੂਸੇਵਾਲਾ ਤਾਂ ਪੰਜਾਬ ਦਾ ਕਲਾਕਾਰ ਸੀ ਜਾਂ ਕੁਝ ਹੋਰ ਲੋਕ ਤਾਂ ਬਹੁਤ ਛੋਟੇ ਨੇ ਸਾਡੇ ਵਾਸਤੇ ਤਾਂ ਸਲਮਾਨ ਖਾਨ ਵੀ ਕੋਈ ਮੈਨੇ ਨਹੀਂ ਰੱਖਦਾ ਸਾਡੀ ਤਾਕਤ ਇੱਥੇ ਤੱਕ ਪੁੱਜ ਚੁੱਕੀ ਹੈ ਕਹਿਣ ਦਾ ਭਾਵ ਕਿ ਡਰਦਾ ਮਾਹੌਲ ਬਣਾ ਕੇ ਵੱਡੇ ਵੱਡੇ ਜਿਹੜੇ ਬਿਜ਼ਨਸਮੈਨ ਨੇ ਵੱਡੇ ਵੱਡੇ ਜਿਹੜੇ ਅਦਾਕਾਰ ਨੇ ਤਾਂ ਕਿ ਉਹਨਾਂ ਤੋਂ ਵਸੂਲੀ ਕਰ ਸਕਣ ਉਹਨਾਂ ਤੋਂ ਫਰੋਤੀਆਂ ਲੈ ਸਕਣ ਇਹ ਜਾਣਕਾਰੀ ਜਿਹੜੀ ਦਿੱਤੀ ਆ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦਲੀਪ ਵਾਲਸੇ ਪਾਟਲ ਨੇ ਇੱਕ ਖਬਰ ਏਜੰਸੀ ਨੂੰ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਪੁਲਿਸ ਨੇ ਸੰਤੋਸ਼ যাদਬ ਨੂੰ ਗ੍ਰਿਫਤਾਰ ਕਰ ਲਿਆ ਸੀ। ਉੱਥੇ ਹੀ ਹੋਰ ਦੋਸ਼ੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਸਲਮਾਨ ਖਾਨ ਮਾਮਲੇ ਵਿੱਚ ਬਰਾਮਦ ਚਿੱਠੀ ਦੇ ਜ਼ਿਆਦਾ ਲਿੰਕ ਤਾਂ ਨਹੀਂ ਕਹਿੰਦੇ ਹਾਲੇ ਮਿਲ ਸਕੇ। ਪਰ ਜਿਹੜੀ ਹੁਣ ਤੱਕ ਉਹਨਾਂ ਨੇ ਜਾਂਚ ਕੀਤੀ ਹੈ ਉਹਦੇ ਵਿੱਚ ਇਹ ਜ਼ਰੂਰ ਪਤਾ ਲੱਗਿਆ ਹੈ ਕਿ ਇਹ ਜਿਹੜੀ ਚਿੱਠੀ ਸੀ ਉਹ ਲਾਰੈਂਸ ਗਰੁੱਪ ਨੇ ਦਿੱਤੀ ਹੈ। ਪੁਲਿਸ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਚਿੱਠੀ ਛੱਡਣ ਵਾਲੇ ਤਿੰਨ ਲੋਕ ਰਾਜਸਥਾਨ ਦੇ ਜਲੌਰ ਤੋਂ ਮੁੰਬਈ ਪਹੁੰਚੇ ਸੀ ਇਹ ਤਿੰਨੇ ਹੀ ਲੋਕ ਲੋਰੈਂਸ ਬਿਸ਼ਨੋਈ ਗਰੁੱਪ ਦੇ ਨੇ ਉਸ ਦੇ ਗੈਂਗ ਮੈਂਬਰ ਨੇ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਨੇ ਚਿੱਠੀ ਛੱਡਣ ਤੋਂ ਬਾਅਦ ਸੌਰਵ ਮਹਾਕਾਲ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਅਰ ਮੈਂ ਦੱਸ ਦਿਆਂ ਕਿ ਸੌਰਵ ਮਹਾਕਾਲ ਵੀ ਇਸ ਵਕਤ ਪੁਲਿਸ ਹਿਰਾਸਤ ਵਿੱਚ ਹੈ ਹੁਣ ਤੁਸੀਂ ਦੇਖ ਲਓ ਕਿ ਲੋਕਾਂ ਵਿੱਚ دہشت ਲੋਕਾਂ ਵਿੱਚ ਡਰ ਫਲਾਉਣ ਦੇ ਵਾਸਤੇ ਕਿੱਥੇ ਤੱਕ ਜਾਇਆ ਜਾ ਰਿਹਾ ਹੈ ਤੇ ਹੁਣ ਇਸੇ ਗਰੁੱਪ ਦੇ ਨਾਲ ਸੰਬੰਧਤ ਦੋ ਹੋਰ ਵਿਅਕਤੀ ਫੜੇ ਅਤੇ ਕਰਦੇ ਕੀ ਸੀ ਇਹ ਇਹਦੇ ਚ ਇਹ ਵੀ ਮਹੱਤਵਪੂਰਨ ਗੱਲ ਹੈ ਐਸਐਸ ਨਾਗਰ ਮੁਹਾਲੀ ਉੱਥੋਂ ਦੀ ਪੁਲਿਸ ਅਤੇ ਐਂਟੀ ਗੈਂਗ ਟਾਸਕ ਫੋਰਸ ਭਾਵ ਏਜੀਟੀਐਫ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਨੇ ਲੌਰੈਂਸ ਮਿਸ਼ਨੋਈ ਅਤੇ ਗੋਲਡੀ ਬਰਾੜ ਦੇ ਦੋ ਸਰਗਰਮ ਮੈਂਬਰ ਗ੍ਰਿਫਤਾਰ ਕੀਤੇ ਨੇ ਇਸ ਸੰਬੰਧੀ ਜਾਣਕਾਰੀ ਖੁਦ ਐਸਐਸਪੀ ਮੁਹਾਲੀ ਨੇ ਦਿੱਤੀ ਹੈ एसएसपी ਮੁਹਾਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਇੱਕ ਦਾ ਤਾਂ ਨਾਮ ਹੈ ਗਗਨਦੀਪ ਉਰਫ ਗਾਗੀ ਦੂਸਰੇ ਦਾ ਨਾਮ ਹੈ ਗੁਰਪ੍ਰੀਤ ਸਿੰਘ ਉਰਫ ਗੋਗੀ ਉਹਨਾਂ ਨੇ ਦੱਸਿਆ ਕਿ ਦੋਵੇਂ ਹਰਿਆਣੇ ਦੇ ਨੇ ਦੋਮਾ ਦਾ ਪਿੰਡ ਕਿੰਗਰਾ ਡੱਬ ਵਾਲੀ ਜ਼ਿਲ੍ਹਾ सिरसा ਤੇ ਹਰਿਆਣਾ ਚ ਪੈਂਦਾ ਉਹਨਾਂ ਦੱਸਿਆ ਕਿ ਇਹਨਾਂ ਨੂੰ ਦਾਰਾ ਸਟੂਡੀਓ ਜੁਹਾਰ ਨਗਰ ਮੁਹਾਰੀ ਦੇ ਨੇੜੇੋਂ ਕਾਬੂ ਕੀਤਾ ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਦੇ ਕੋਲੋਂ 32 ਕੈਲੀਬਰ ਪਿਸਤੌਲ 8 ਜਿੰਦਾ ਕਾਰਤੂਸ ਅਤੇ ਇੱਕ ਸਕੋਰਪੀਓ ਗੱਡੀ ਬਰਾਮਦ ਕੀਤੀ ਹੈ SSP ਮੁਹਾਲੀ ਨੇ ਦੱਸਿਆ ਕਿ ਗਗਨਦੀਪ ਉਰਫ ਗਾਗੀ ਅਤੇ ਗੁਰਪ੍ਰੀਤ ਉਰਫ ਗੋਪੀ ਗੈਂਗਸਟਰ ਮਨਪ੍ਰੀਤ ਉਰਫ ਮੰਨਾ ਦੇ ਰਾਹੀਂ 골ਡੀ ਬਰਾੜ ਦੇ ਸੰਪਰਕ ਵਿੱਚ ਆਏ ਸੀ ਜਿਹੜਾ ਕਿ ਕੈਨੇਡਾ ਰਹਿੰਦਾ ਹੈ। ਉਹਨਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਵਿੱਚ ਹਮਲਾਵਰਾਂ ਨੂੰ ਜਿਹੜੀ ਟヨタ ਕਰੋਲਾ ਕਾਰ ਵਹੀਆ ਕਰਵਾਈ ਗਈ ਸੀ। ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਹ ਦੋਵੇਂ ਦੋਸ਼ੀ 골ਡੀ ਬਰਾੜ ਦੇ ਨਿਰਦੇਸ਼ਾਂ ਤੇ ਕੰਮ ਕਰਦੇ ਸੀ। ਪੰਜਾਬ ਅਤੇ ਰਾਜਸਥਾਨ ਦੇ ਸਰਹੱਦੀ ਇਲਾਕਿਆਂ ਤੋਂ ਗੈਰ ਕਾਨੂੰਨੀ ਹਥਿਆਰ ਲਿਆਉਂਦੇ ਸੀ ਤਸਕਰੀ ਕਰਦੇ ਸੀ 골ਡੀ ਬਰਾੜ ਦੇ ਨਿਰਦੇਸ਼ਾਂ ਤੇ ਇਹ ਸ਼ੂਟਰਾਂ ਤੱਕ ਫਿਰ ਉਹਨਾਂ ਹਥਿਆਰਾਂ ਨੂੰ ਪੁੱਜਦਾ ਕਰਦੇ ਸੀ ਸੋਨੀ ਭਾਪ ਜਿਹੜੇ ਐਸਐਸਪੀ ਮੋਹਾਲੀ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜੀ ਕਾਰਵਾਈ ਜਾਂ ਜਿਹੜੀਆਂ ਇਹ ਗ੍ਰਿਫਤਾਰੀਆਂ ਹੋਈਆਂ ਨੇ ਇੱਕ ਗੁਪਤ ਸੂਚਨਾਵਲੀ ਸੀ ਮੁਖਵਰਦੀ ਮੁਖਵਰੀ ਨੂੰ ਆਧਾਰ ਬਣਾ ਕੇ ਕੀਤੀ ਗਈ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨਾਲ ਮਿਲ ਕੇ ਇਹ ਮਹਿੰਮ ਵੱਢੀ ਗਈ ਸੀ ਗਾਗੀ ਅਤੇ ਗੋਪੀ ਦੋਵਾਂ ਨੂੰ ਹਥਿਆਰਾਂ ਅਤੇ ਗੋਲਾ ਗੋਲੀ ਸਿੱਕੇ ਦੇ ਨਾਲ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਅਤੇ ਉਹ ਉਸ ਵਕਤ ਵੀ ਦੱਸਿਆ ਜਾ ਰਿਹਾ ਐਸਐਸਪੀ ਸਾਹਿਬ ਦੇ ਵੱਲੋਂ ਕਿ ਜਿਸ ਵਕਤ ਇਹ ਗ੍ਰਿਫਤਾਰ ਕੀਤੇ ਗਏ ਨੇ ਉਸ ਵਕਤ ਵੀ ਉਹ ਹਥਿਆਰਾਂ ਦੀ ਖੇਪ ਨੂੰ ਪਹੁੰਚਾਉਣ ਚਾ ਰਹੇ ਸੀ ਹੁਣ ਦੇਖੋ ਇਹਦੇ ਪਿੱਛੇ ਇੱਕ ਪੰਜਾਬ ਦੇ ਲੋਕਾਂ ਦੀ ਜ਼ੁਬਾਨ ਤੇ ਸਵਾਲ ਹੈ ਕਿ ਗੈਂਗਸਟਰ ਸੱਚਮੁੱਚ ਇੱਕੋ ਹੀ ਦਮ ਕਿਉਂ ਐਕਟਿਵ ਹੋ ਗਿਆ ਕਿ ਜਾਣ ਕੇ ਕਰਤਾ ਨਹੀਂ ਦਿੱਤੇਗਾ ਕਿ ਤੁਸੀਂ ਜਰ ਘਰ ਹੀ ਬੈਠੇ ਹੋ ਤੁਹਾਨੂੰ ਪਾਲਿਆ ਅਸੀਂ ਪੰਜਾਬ ਦਾ ਮਾਹੌਲ ਮੂਹਲ ਠੀਕ ਠਾਕ ਹੀ ਚੱਲੀ ਜਾਂਦਾ ਹੈ ਪੰਜਾਬ ਦੇ ਲੋਕਾਂ ਵਿੱਚ ਡਰ ਸਹਿਮ ਪੈਦਾ ਤਾਂ ਕਰੋ ਪਤਾ ਤਾਂ ਲੱਗੇ ਕਿ ਲੁੱਟਾਂ ਖੋਹਾਂ ਵੀ ਹੋ ਰਹੀਆਂ ਨੇ ਪਤਾ ਤਾਂ ਲੱਗੇ ਕਤਲੋਗਾਰਤ ਵੀ ਹੋ ਰਹੀ ਹੈ ਸੋ ਸਤਿਮੁਤੇ ਬਹੁਤ ਵੱਡਾ ਸਵਾਲ ਹੈ ਤੇ ਅਗਲਾ ਵੀ ਸਵਾਲ ਬਹੁਤ ਵੱਡਾ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇਸ ਵਕਤ ਕੋਈ ਬਹੁਤਾ ਵੱਡਾ ਵजूद ਨਹੀਂ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਨਾਲ ਸਰਕਾਰ ਬਣਾ ਸਕਦੀ ਹੈ ਤੇ ਨਾਲ ਅੱਜ ਇਸ ਸਥਿਤੀ ਵਿੱਚ ਹੈ ਪਰ ਇਹਦੇ باوجود ਵੀ ਪੰਜਾਬ ਦੇ ਵਿੱਚੋਂ ਕੁਝ ਸਾਬਕਾ ਕਾਂਗਰਸੀ ਵਿਧਾਇਕ ਕੁਝ ਸਾਬਕਾ ਮੰਤਰੀ ਫਿਰ ਭਾਰਤੀ ਜਨਤਾ ਪਾਰਟੀ ਵਿੱਚ ਕਿਉਂ ਸ਼ਾਮਲ ਹੋ ਰਹੇ ਨੇ ਬਹੁਤ ਵੱਡਾ ਸਵਾਲ ਹੈ ਆਮ ਤੌਰ ਤੇ ਸੱਤਾਧਾਰੀ ਧਿਰ ਵਿੱਚ ਜਾਂਦੇ ਹੁੰਦੇ ਨੇ ਲੋਕ ਪਰ ਪੰਜਾਬ ਦੀ ਸੱਤਾ ਤੇ ਕਾਬਜ਼ਾ ਇਸ ਵਕਤ ਆਮ ਆਦਮੀ ਪਾਰਟੀ ਪਰ ਹੁਣ ਸਵਾਲ ਇਸ ਕਰਕੇ ਉੱਠ ਰਿਹਾ ਹੈ ਇਹ ਕਿ ਉਹਨਾਂ 'ਚ ਜਾਣਤੀ ਵਜਾਏ ਇਹ ਉਹਨਾਂ ਦੇ ਕਿਉਂ ਪਾਲੇ ਵਿੱਚ ਜਾ ਕੇ ਕਬੱਡੀਆਂ ਪਾ ਰਹੇ ਨੇ ਜਿਨ੍ਹਾਂ ਦਾ ਇਸ ਵਕਤ ਪੰਜਾਬ ਦੇ ਵਿੱਚ ਭੁਵਿੱਖ ਨਜ਼ਰ ਨਹੀਂ ਆਉਂਦਾ ਉਹਦਾ ਕਾਰਨ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਨੂੰ ਲੈ ਕੇ ਇੱਕ ਮੁਹਿੰਮ ਵਿੱਢੀ ਹੋਈ ਹੈ ਹੁਣ ਇਸ ਮੁਹਿੰਮ ਦੇ ਵਿੱਚ ਸਭ ਤੋਂ ਸਪਸ਼ਟ ਸੰਕੇਤ ਉਹਨਾਂ ਨੇ ਦਿੱਤਾ ਆਪਣੀ ਕੈਬਨਟ ਮੰਤਰੀ ਡਾਕਟਰ ਵਿਜੇ ਸਿੰਘ ਲੰਦ ਨੂੰ ਉਹਨੂੰ ਗ੍ਰਿਫਤਾਰ ਕੀਤਾ ਉਦੇ ਉੱਤੇ ਕਰੋੜਾਂ ਰੁਪਏ ਕਮਿਸ਼ਨ ਲੈਣ ਦਾ ਮਾਮਲਾ ਸਾਹਮਣੇ ਆਇਆ ਤੇ ਸਖਤ ਕਾਰਵਾਈ ਕੀਤੀ ਵਿਰੋਧੀਆਂ ਦੀ ਜ਼ੁਬਾਨ ਤੇ ਵੀ ਜਿੰਦਰਾ ਲਾ ਦਿੱਤਾ ਸੀ ਤੇ ਗੱਲ ਬੜੀ ਚਰਚਾਚ ਰਹੀ ਚਰਚਾ ਇਸ ਕਰਕੇ ਰਹੀ ਕਿ ਜੇਕਰ ਸੂਬਾ ਸਰਕਾਰ ਆਪਣੇ ਕਿਸੇ ਮੰਤਰੀ ਤੇ ਕਾਰਵਾਈ ਕਰ ਸਕਦੀ ਹੈ ਤਾਂ ਵਿਰੋਧੀ ਕਿਹੜੇ ਬਾਗ ਦੀ ਮੂਲੀ ਨੇ ਇਸ ਲਈ ਕਿ ਭਾਵੇਂ ਉਹ ਆਪਣੇ ਮੰਤਰੀ ਨੂੰ ਨਹੀਂ ਬਖਸ਼ਦਾ ਜੇ ਭ੍ਰਿਸ਼ਟਾਚਾਰ ਦਾ ਕੋਈ ਮਸਲਾ ਸਾਹਮਣੇ ਆਉਂਦਾ ਭਾਵੇਂ ਉਹਨਾਂ ਦਾ ਆਪਣਾ ਕੋਈ ਹੋਵੇ ਉਦੇ ਤੋਂ ਬਾਅਦ ਸਿੱਟ ਡੇਗੀ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਦੇਖੋ ਹੈਰਾਨੀ ਕਿੱਡੀ ਹੈ ਨਾਬੇ ਤੋਂ ਚੋਣ ਜਿੱਤਦੇ ਰਹੇ ਤੇ ਹੁਣ ਨਾਬੇ ਜੇਲ੍ਹ ਦੇ ਵਿੱਚ ਬੈਠਾ ਹੈ ਜੰਗਲਾਤ ਵਿਭਾਗ ਦੇ ਵਿੱਚ ਬਹੁਤ ਸਾਰੀਆਂ ਧਾਂਦੜੀਆਂ ਸਾਹਮਣੇ ਆਈਆਂ ਕੁਝ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਦੇ ਵੱਲੋਂ ਉਹਨਾਂ ਧਾਂਦੜੀਆਂ ਦੇ ਮਾਮਲੇ ਨੂੰ ਆਧਾਰ ਬਣਾ ਕੇ ਅਮਰੋਹ ਦੇ ਵਿੱਚੋਂ ਨੂੰ ਗ੍ਰਿਫਤਾਰ ਕਰ ਲਿਆ ਸੀ ਉਹਦੇ ਤੋਂ ਬਾਅਦ ਇੱਕ ਪਾਸੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਤੇ ਕਪੜੇ ਸੰਬੰਧੀ ਦੋਸ਼ ਲੱਗ ਰਹੇ ਨੇ ਦੋਸ਼ਤਾ ਥੋੜਾ ਜਿਹਾ ਕਹਿੰਦੇ 2000 ਕਰੋੜ ਦਾ ਿਕਪੜਾ ਹੈ ਜਿਸ ਦੇ ਵਿੱਚ ਸਾਬਕਾ ਮੰਤਰੀ ਆਸ਼ੂ ਗ੍ਰਿਫਤਾਰੀ ਤੋਂ ਬਚਣ ਦੇ ਵਾਸਤੇ ਬੀਤੇ ਦਿਨੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਸ਼ਰਨ ਵਿੱਚ ਪੁੱਜ ਗਿਆ ਪਟੀਸ਼ਨ ਦਾਇਰ ਕੀਤੀ ਸੀ ਕਿ ਉਹਨੂੰ ਜਾਂਚ ਵਿੱਚ ਵੀ ਸ਼ਾਮਲ ਕੀਤਾ ਜਾਵੇ ਜੇਕਰ ਉਹਦੀ ਗ੍ਰਿਫਤਾਰੀ ਜਾਂ ਉਹਦੇ ਤੇ ਕੋਈ ਕਾਰਵਾਈ ਹੋਣੀ ਹੈ ਤਾਂ 7 ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇ ਇਹ ਮੰਗ ਕੀਤੀ ਆ ਹਲੇ ਇਹਦੇ ਤੇ ਫੈਸਲਾ ਨਹੀਂ ਕੀਤਾ ਗਿਆ ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗਰੂ ਵੀ ਇਸ ਵਕਤ ਹੱਥਾਂ ਪੈਰਾਂ ਦੀ ਪਈ ਹੋਈ ਹੈ ਲੱਗਦਾ ਹੈ ਕਿ ਮਸਲਾ ਜਿਹੜੀਆਂ ਬੱਸਾਂ ਨੂੰ ਬੋਟੀਆਂ ਲਵਾਈਆਂ ਸੀ ਉਧਰਲੇ ਪਾਸੇ ਨੂੰ ਵੀ ਵਧੂਗਾ ਹੁਣ ਜੇਕਰ ਕਾਂਗਰਸ ਤੇ ਸਾਬਕਾ ਮੰਤਰੀਆਂ ਦੀ ਗੱਲ ਕਰਾਂ ਸੁੰਦਰ ਸ਼ਾਮ अरोड़ा ਬਲਵੀਰ ਸਿੰਘ ਸਿੱਧੂ ਗੁਰਪ੍ਰੀਤ ਕਾਂਗੜ ਇਹ ਤਾਂ ਕੁਝ ਦਿਨ ਪਹਿਲਾਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਾਲਾ ਕਮਲ ਫੁੱਲ ਫੜ ਕੇ ਬੈਠ ਗਏ ਸੀ ਤੇ ਕਾਂਗਰਸ ਸਰਕਾਰ ਦੇ ਕਾਲ ਚਕਾਰ ਦੇ ਦੌਰਾਨ ਇਹਨਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਸੀ। ਅਰੋੜਾ ਤੇ ਮੁਹਾਲੀ ਦੇ ਵਿੱਚ ਇੰਡਸਟਰੀਅਲ ਪਲਾਂਟ ਦੇ ਵਿੱਚ ਤਾਂਧਲੀਆਂ ਕਰਨ ਦੇ ਦੋਸ਼ ਲੱਗੇ ਸੀ। ਤੇ ਉਸ ਵਕਤ ਉਹਨਾਂ ਦੋਸ਼ਾਂ ਨੂੰ ਆਧਾਰ ਬਣਾ ਕੇ ਵਿਰੋਧੀ ਧਿਰ ਜਿਹੜੀ ਇਸ ਵਕਤ ਸੱਤਾ ਧਾਰੀ ਤੇ ਰਹਿ ਉਹਨਾਂ ਨੇ ਉਹਨਾਂ ਦੀ ਅਸਤੀਫੇ ਦੀ ਮੰਗ ਕੀਤੀ ਸੀ। ਉੱਥੇ ਹੀ ਪਿੰਡ ਬਲੌਂਗੀ ਦੇ ਵਿੱਚ ਸ਼ਾਮਲਾੜ ਦੀ ਜ਼ਮੀਨ ਨੂੰ ਲੈ ਕੇ ਬਲਬੀਰ ਸਿੱਧੂ ਉਹ ਵੀ ਉਸ ਵਕਤ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਤੇ ਆਈ ਸੀ। ਉਦੋਂ ਆਮ ਆਦਮੀ ਪਾਰਟੀ ਵਿਰੋਧੀ ਧਿਰ ਸੀ ਪਰ ਇਸ ਵਕਤੋਂ ਸੱਤਾਧਾਰੀ ਧਿਰ ਹੈ ਸਿੱਧੂ ਦੇ ਖਿਲਾਫ ਉਹਨਾਂ ਨੇ ਉਸ ਵਕਤ ਰੋਸ ਪ੍ਰਦਰਸ਼ਨ ਵੀ ਕੀਤਾ ਸੀ ਇਸੇ ਤਰ੍ਹਾਂ ਕਾਂਗਰਸ ਦੀ ਜਦੋਂ ਸਰਕਾਰ ਸੀ ਉਸੇ ਦੌਰਾਨ ਮਾਲ ਮੰਤਰੀ ਸੀ ਗੁਰਪ੍ਰੀਤ ਕਾਂਗੜ ਗੁਰਪ੍ਰੀਤ ਕਾਂਗੜ ਤੇ ਵੀ ਸਟੈਂਪ ਕੱਪੜੇ ਦੇ ਦੋਸ਼ ਲੱਗੇ ਸੀ ਉਹ ਦੋਸ਼ ਲਾ ਕੇ ਵੀਰ ਦਵਿੰਦਰ ਸਿੰਘ ਉਹਨਾਂ ਨੇ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਹੁਣ ਦੇਖਣਾ ਹੋਊ ਕਿ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਇਹਨਾਂ ਤਿੰਨਾਂ ਮੰਤਰੀਆਂ ਤੇ ਕਾਰਵਾਈ ਕਰਦੇ ਆ ਜਾਂ ਨਹੀਂ ਕਰਦੇ ਕਿਉਂਕਿ ਚਰਚਾ ਇਹ ਹੈ ਕਿ ਇਹਨਾਂ ਸਾਬਕਾ ਮੰਤਰੀਆਂ ਦੇ ਵੱਲੋਂ ਦਰਅਸਲ ਆ ਕੇਂਦਰ ਦੇ ਵਿੱਚ ਸੱਤਾਧਾਰੀ ਧਿਰ ਜਿਹੜੀ ਭਾਰਤੀ ਜਨਤਾ ਪਾਰਟੀ ਦਰਅਸਲ ਪੱਲ ਹੀ ਥਾਂ ਫੜਿਆ ਕਿ ਸਾਨੂੰ ਸਾਡੇ ਆਕਾ ਬਚਾ ਲੈਣਗੇ ਸੰਘਤ ਸਿੰਘ ਗਿਲਜੀਆਂ ਭੱਜੇ ਫਿਰਦੇ ਆ ਤੇ ਜਿੱਦਣ ਸਾਧੂ ਸਿੰਘ ਧਰਮਸੋਧ ਦੀ ਗ੍ਰਿਫਤਾਰੀ ਹੋ ਗਈ ਸੰਗਤ ਸਿੰਘ ਗਿਲਜ਼ੀਆਂ ਭੱਜ ਗਏ ਸੀ ਰਾਹੁਲ ਗਾਂਧੀ ਨੂੰ ਰিসিਵ ਕਰਦੇ ਕਰਦੇ ਕੰਨ 'ਚ ਕਿਸੇ ਨੇ ਕੰਨਾਵਾਟੀ ਕੋਰਰ ਕੀਤਾ ਕਿ ਤੁਸੀਂ ਇੱਥੇ ਖੜੇ ਹੋ ਤੁਹਾਡੇ ਤੇ ਐਫ ਆਈ ਆਰ ਹੋ ਗਈ ਉਹ ਉੱਥੋਂ ਹੀ ਪਤਾ ਨਹੀਂ ਸੀਨ ਤੋਂ ਕਿੱਥੇ ਗਾਇਬ ਹੋ ਗਏ ਸੀ ਮੁੜ ਕੇ ਲੱਭੇ ਹੀ ਨਹੀਂ ਪਰ ਹੁਣ ਖਬਰਾਂ ਇਹ ਨੇ ਕਿ ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ ਦੇ ਲੋਕਾਂ ਨੂੰ ਖੁਸ਼ ਖਬਰੀ ਮਿਲਣ ਵਾਲੀ ਹੈ ਕਿ ਸੰਗਤ ਸਿੰਘ ਗਿਲਜ਼ੀਆਂ ਤੋਂ ਵੀ ਪਹਿਲਾਂ ਸ਼ਾਇਦ ਇੱਕ ਹੋਰ ਅੰਬਰੋਂ ਤਾਰਾ ਤੋੜ ਲਿਆ ਜਾਵੇ ਉਹਦੇ ਵਾਸਤੇ ਵਿਜੀਲੈਂਸ ਵਿਭਾਗ ਦੇ ਵਿੱਚ ਆ ਬਹੁਤ ਵੱਡੇ ਤੇ ਇਮਾਨਦਾਰ ਅਫਸਰ ਤਾਇਨਾਤ ਕਰ ਦਿੱਤੇ ਗਏ ਐ ਕਿ ਕਾਰਵਾਈਆਂ ਪਾਉਣੀਆਂ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਹੈ ਕਿ ਸੱਚਮੁੱਚ ਹੁੰਦਾ ਜਾਂ ਨਹੀਂ ਇਹ ਤਾਂ ਸਮਾਂ ਦੱਸੇਗਾ ਕਿ ਨੀਅਤ ਅਤੇ ਨੀਤੀ ਇੱਕੋ ਜੀ ਰਹਿੰਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਲਾਂਗੜ ਚੁੱਕ ਚੁੱਕ ਜਿਹੜੇ ਭੱਜ ਰਹੇ ਆ ਨਾ ਉਹਦਾ ਕਾਰਨ ਇੱਕੋ ਹੀ ਦੱਸਿਆ ਜਾ ਰਿਹਾ ਬੀਤੇ ਦਿਨੀ ਸਤਕਾਰ ਕੌਰ ਜੀ ਵੀ ਉਹ ਵੀ ਗਹਿਰਾ ਸਦਮ ਗਹਿਰੇ ਸਦਮੇ ਸੀ ਸਤਕਾਰ ਕੌਰ ਗਹਿਰੀ ਜੀ ਵੀ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਗਏ ਹੁਣ ਇਹ ਸਾਰੀਆਂ ਖਬਰਾਂ ਨੇ ਕਿ ਜਿੰਨਾ ਜਿੰਨਾ ਨੂੰ ਡਰ ਹੈ ਜਿੰਨਾ ਜਿਹਨਾਂ ਨੇ ਵੱਡੇ ਗੱਫੇ ਵੱਡਾ ਕੰਮ ਕੀਤਾ ਹੋਇਆ ਹੈ ਕਿ ਕਾਰਵਾਈ ਸਾਡੇ ਵੱਲ ਨੂੰ ਲਗਾਤਾਰ ਪੈਣ ਦੀਆਂ ਅਫਵਾਹਾਂ ਨੇ ਜਾਂ ਕੋਸ਼ਿਸ਼ਾਂ ਨੇ ਕਿ ਕਿਤੇ ਸਾਨੂੰ ਧੌਣੋਂ ਨੱਪ ਨਾ ਲਿਆ ਜਾਵੇ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਭਗਵੰਤ ਮਾਨ ਸਰਕਾਰ ਜਿਹੜੇ ਭਾਜਪਾ ਚ ਚਲੇ ਗਏ ਉਹਨਾਂ ਤੇ ਕਾਰਵਾਈ ਕਰ ਸਕਦੀ ਹੈ ਜਾਂ ਕਾਰਵਾਈ ਕਰੇਗੀ ਜੇ ਇੰਜ ਹੋ ਗਿਆ ਕਿ ਜਿਹੜੇ ਭਾਜਪਾ ਚ ਚਲੇ ਗਏ ਉਹਨਾਂ ਤੇ ਕਾਰਵਾਈ ਨਹੀਂ ਹੋਈ ਤੇ ਫਿਰ ਤੇ ਗੱਲ ਮਾੜੀ ਹੋ ਜੇਗੀ ਕਿਉਂਕਿ ਇਹ ਨਹੀਂ ਕਿ ਕਾਂਗਰਸ ਵਾਲਿਆਂ ਦੇ ਕਾਰਵਾਈ ਹੋ ਜਾ ਜਿਹੜਾ ਭਾਜਪਾ ਚ ਭਾਵ ਸੱਤਾਧਾਰੀਆਂ ਦਾ ਚਲਾ ਗਿਆ ਉਥੋਂ ਦੜਵਟ ਲਿਆ ਜਾਵੇ ਹੁਣ ਬਹੁਤ ਵੱਡੇ ਸਵਾਲ ਨੇ ਬਹੁਤ ਵੱਡੀ ਆਸ ਤੇ ਉਮੀਦ ਦੀ ਕਿਰਨ ਵੀ ਹੈ ਪਰ ਇਹ ਵੀ ਆਸ ਲਗਾਈ ਜਾ ਰਹੀ ਹੈ ਕਿ ਸੰਗਰੂਰ ਦੀ ਜਿਮਨੀ ਚੋਂ ਤੋਂ ਪਹਿਲਾਂ ਪਹਿਲਾਂ ਇੱਕ ਅੱਦੇ ਨੂੰ ਹੋਰ ਮਾਰ ਕੇ ਟੰਗ ਲਿਆ ਜਾਣਾ ਸੁ ਵੇਖਦੇ ਆ ਕੋ ਨੰਬਰ ਸਭ ਤੋਂ ਪਹਿਲਾਂ ਕਿਹਦਾ ਲੱਗਦਾ ਤੇ ਦਾਗੀ ਕਈ ਰਹੇ ਸੋ ਦੋਸਤੋ ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ